ਮੋਗਾ ਸ਼ਹਿਰ ਵਿੱਚ ਇੱਕ ਲੜਕੀ ਨੇ ਪੈਟਰੋਲ ਪੰਪ ਤੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ। ਗੁੰਡਾਗਰਦੀ ਦੀ ਹੱਦ ਉਦੋਂ ਵੱਧ ਗਈ ਜਦੋਂ ਲੜਕੀ ਨੇ ਹੋਰ ਮੁੰਡਿਆਂ ਨੂੰ ਬੁਲਾ ਕੇ ਪੈਟਰੋਲ ਪੰਪ ਕਰਮਚਾਰੀ ਦੀ ਕੁੱਟਮਾਰ ਕਰ ਦਿੱਤੀ। ਦਰਅਸਲ ਇੱਕ ਲੜਕੀ ਪੈਟਰੋਲ ਪੰਪ ਤੇ ਆਪਣੀ ਸਕੂਟੀ ਵਿੱਚ ਪੈਟਰੋਲ ਪਵਾਉਣ ਆਈ ਸੀ। ਪਹਿਲਾਂ ਉਸਨੇ ਪੈਟਰੋਲ ਪੰਪ ਕਰਮਚਾਰੀ ਨੂੰ 230 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ। ਪੈਟਰੋਲ ਪਾਉਣ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਉਸਦੀ ਸਕੂਟੀ ਦੀ ਤੇਲ ਵਾਲੀ ਸੂਈ ਅੱਗੇ ਨਹੀਂ ਵਧੀ ਹੈ ਤੇ ਇਸ ਤੋਂ ਬਾਅਦ ਕਰਮਚਾਰੀ ਉਸਨੂੰ 50 ਰੁਪਏ ਦਾ ਹੋਰ ਪੈਟਰੋਲ ਪਵਾਉਣ ਲਈ ਕਹਿੰਦਾ ਹੈ, ਜਿਸ ਤੋਂ ਬਾਅਦ ਕਿ ਉਸਦੀ ਸਕੂਟੀ ਦੀ ਟੈਂਕੀ ਫੁੱਲ ਹੋ ਜਾਂਦੀ ਹੈ ਤੇ ਉਹ ਬਹਿਸ ਕਰਨ ਲੱਗ ਜਾਂਦੀ ਹੈ ਕਿ ਉਸਦੀ ਸਕੂਟੀ ਵਿੱਚ ਪੈਟਰੋਲ ਸਿਰਫ 50 ਰੁਪਏ ਦਾ ਹੀ ਪਿਆ ਹੈ। ਬਹਿਸਬਾਜ਼ੀ ਦੌਰਾਨ ਹੀ ਲੜਕੀ ਕੁਝ ਹੋਰ ਮੁੰਡਿਆਂ ਨੂੰ ਉੱਥੇ ਬੁਲਾ ਲੈਂਦੀ ਹੈ ਤੇ ਉਹ ਮੁੰਡੇ ਪੈਟਰੋਲ ਪੰਪ ਕਰਮਚਾਰੀ ਦੀ ਕੁੱਟਮਾਰ ਕਰਕੇ ਉੱਥੋਂ ਭੱਜ ਜਾਂਦੇ ਨੇ। ਰਾਜੀਵ ਕੁਮਾਰ ਕੀ ਘਟਨਾ? ਇੱਕ ਕੁੜੀ ਆਈ ਸੀ ਜਵੇਟਰ ਲੈ ਕੇ, ਉਹਨੂੰ ਤੇਲ ਪਾਇਆ 230 ਦਾ, ਫਿਰ ਉਹ ਕਹਿੰਦੀ ਹੈ ਕਿ ਮੇਰੀ ਸੂਈ ਨਹੀਂ ਉੱਡੀ। ਮੈਂ ਉਹਨੂੰ ਕਿਹਾ ਹੈਗਾ ਤੁਸੀਂ 50 ਦਾ ਹੋਰ ਪਵਾ ਲਓ, ਫਿਰ ਸੂਈ ਪੂਰੀ ਉੱਡ ਗਈ, ਫਿਰ ਕਹਿੰਦੀ ਘੱਟ ਪਾਇਆ ਤੇਲ ਤੁਸੀਂ। ਇੰਨੀ ਗੱਲਾਂ 'ਚ ਤਾਂ ਉਹਨੇ ਮੁੰਡੇ ਬੁਲਾ ਲਏ 7-8 ਅਤੇ ਉਹ ਮੈਨੂੰ ਕੁੱਟ ਕੁੱਟ ਕੇ ਮੇਰਾ ਫੋਨ ਵੀ ਤੋੜ ਗਏ ਹੈਗੇ, ਨਾਲੇ ਨੁਕਸਾਨ ਹੋਰ ਵੀ ਕੈਸ਼ ਕੂਸ ਲੈ ਗਏ, ਮੇਰੀ ਜਿਹੜੀ ਹੱਥ 'ਚ ਸੀ ਉਹ ਵੀ ਸਾਰੀ ਲੈ ਗਈ। ਸਰ ਮੇਰਾ ਥੋੜ੍ਹਾ ਕੀਤਾ ਜਾਵੇ। ਨਹੀਂ ਨਹੀਂ ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ, ਆਉਂਦੀ ਤਾਂ ਰੋਜ਼ ਹੀ ਆਉਂਦੀ ਹੈ, ਅੱਜ ਪਤਾ ਨਹੀਂ ਕਿਉਂ ਡਰਾਮਾ ਕੀਤਾ ਜਾਣ ਬੁੱਝ ਕੇ ਉਹਨੇ। ਹਾਂਜੀ ਇਹਨਾਂ ਨੂੰ ਦੱਸਿਆ, ਮਾਲਕਾਂ ਨੂੰ ਦੱਸਦੇ ਆ ਕੀ ਕਾਰਵਾਈ ਕਰਦੇ ਹੁਣ ਇਹ, ਸਾਡੇ ਨਾਲ ਇਨਸਾਫ ਕੀਤਾ ਜਾਵੇ। ਅਸ਼ੋਕ ਕੁਮਾਰ ਜੀ, ਮੈਂ ਤਾਂ ਇੱਥੇ ਨਹੀਂ ਸੀ ਜੀ ਪੰਪ 'ਤੇ, ਮੈਂ ਮਾਲਕ ਹੈ ਇਹਦਾ, ਮੈਂ ਦੂਸਰੇ ਪੰਪ 'ਤੇ ਸੀ ਆਪਦੇ 'ਤੇ। ਮੈਨੂੰ ਇਹਨਾਂ ਦਾ ਫੋਨ ਕਿਹਾ, ਕਹਿੰਦਾ ਐਂ ਕਰਕੇ ਜੀ ਇੱਕ ਲੇਡੀ ਨੇ ਤੇਲ ਪਵਾਇਆ 230 ਦਾ, ਉਹ ਕਹਿੰਦੀ ਜੀ ਮੇਰੀ ਸੂਈ ਨਹੀਂ ਉੱਠੀ। ਇਹਨਾਂ ਨੇ ਮੁੰਡਿਆਂ ਨੇ ਕਿਹਾ ਵੀ ਹੋਰ 50 ਦਾ ਤੇਲ ਪਵਾ ਲਾ, 50 ਦਾ ਤੇਲ ਹੋਰ ਪਾਇਆ ਤਾਂ ਟੈਂਕੀ ਫੁੱਲ ਹੋ ਗਈ ਉਹਦੀ। ਅਤੇ ਕਹਿੰਦੀ ਨਹੀਂ, ਕਹਿੰਦੀ ਤੁਸੀਂ, ਮੈਂ ਕਹਿੰਦੀ ਮੁੰਡੇ ਸਾਦੀ ਹਾਂ। ਉਹਨਾਂ ਨੇ ਮੁੰਡਿਆਂ ਨੂੰ ਫੋਨ ਕੀਤਾ, ਮੁੰਡੇ ਆਏ ਮੋਟਰਸਾਈਕਲ ਦੇ ਉੱਤੇ ਅਤੇ ਉਹਨਾਂ ਨੇ ਇਹਨਾਂ ਨੂੰ ਨਾਲ ਤਾਂ ਰੁਪਈਏ ਖੋਲ੍ਹੇ ਜਿਹੜੇ ਹੱਥ ਸੀਗੇ 25,000 ਦੇ ਨੇੜੇ, ਨਾਲੇ ਇਹਨਾਂ ਨੂੰ ਕੁੱਟਮਾਰ ਕੀਤੀ, ਸੱਟਾਂ ਵੱਜੀਆਂ ਇਹਨਾਂ ਦੇ। ਪੁਲਿਸ ਨੂੰ 100 ਨੰਬਰ 'ਤੇ ਇਤਲਾਹ ਦੇ ਤੀ ਜੀ, 1.25 ਘੰਟਾ ਪੁਲਿਸ ਨਹੀਂ ਆਈ, ਹੁਣ ਪੁਲਿਸ ਆਈ ਆ ਤਾਂ ਦੂਗਾ ਕਾਰਵਾਈ ਜਿਹੜੀ ਸੀਟੀ ਉਹ ਲੱਗੀ ਹੈ ਜੀ ਸਾਹਮਣੇ, ਸਰਕਾਰੀ 'ਚ ਲੱਗੀ ਹੈ। ਉਹਨਾਂ ਨੂੰ ਫੋਨ ਕੀਤਾ ਕੰਟਰੋਲ ਰੂਮ 'ਚ ਅਤੇ ਉਹ ਦੇਖ ਰਹੇ। ਇੱਕ ਜੁਪੀਟਰ ਸੀਗੀ ਲੇਡੀ ਕੋਲ, ਜੁਪੀਟਰ ਸੀਗੀ ਅਤੇ ਉਹ ਮੋਟਰਸਾਈਕਲ 'ਤੇ ਆਏ ਸੀ ਦੋ ਜਣੇ। ਇੱਥੇ ਕੋਈ ਲੜਕੀ ਤੇਲ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਪਾਉਣ ਵਾਸਤੇ ਆਈ ਸੀ, ਉਹਨੂੰ ਇਹ ਮਹਿਸੂਸ ਹੋਇਆ ਵੀ ਮੇਰੇ ਪੈਟਰੋਲ ਦੇ ਜਿਹੜੇ ਪੈਸੇ ਮੈਂ ਵੱਧ ਦਿੱਤੇ ਆ ਅਤੇ ਪੈਟਰੋਲ ਘੱਟ ਪਿਆ, ਇਸ ਗੱਲ ਨੂੰ ਲੈ ਕੇ ਨਾ ਤਕਰਾਰ ਹੋਇਆ ਅਤੇ ਮੈਂ ਪੜਤਾਲ ਕਰਨ ਲੱਗਾ। ਰੰਗਲਾ ਟੀਵੀ ਲਈ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ।